ਮੈਨੂੰ ਬਚਪਨ ਤੋਂ ਹੀ ਓਬੈਸਿਟੀ ਦਾ ਇਸ਼ੂ ਸੀਗਾ। ਮੈਂ ਹਰ ਤਰ੍ਹਾਂ ਦੀ ਡਾਇਟ ਟਰਾਈ ਕਰਕੇ ਦੇਖ ਲਈ, ਐਕਸਰਸਾਈਜ਼ ਕਰਕੇ ਦੇਖ ਲਈ, ਪਰ ਵੇਟ ਫਿਰ ਵਾਪਸ ਆ ਜਾਂਦਾ ਸੀਗਾ। ਮੈਨੂੰ ਸਟਾਰ ਹਸਪੀਟਲ ਬਾਰੇ ਪਤਾ ਲੱਗਾ, ਜੋ ਕਿ ਮੇਰੇ ਏਰੀਆ 'ਚ ਹੀ ਆ ਜਾਂਦਾ ਇੰਡੀਆ। ਮੈਂ ਆ ਕੇ ਸਰਜਰੀ ਕਰਵਾਈ। ਸਰਜਰੀ ਤੋਂ ਬਾਅਦ ਮੈਨੂੰ ਕਿਸੇ ਵੀ ਤਰ੍ਹਾਂ ਦਾ ਤੁਰਨ ਫਿਰਨ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ। ਮੈਂ ਕੈਨੇਡਾ ਤੋਂ ਆਈ ਹਾਂ। ਮੈਨੂੰ ਬਚਪਨ ਤੋਂ ਹੀ ਓਬੈਸਿਟੀ ਦਾ ਇਸ਼ੂ ਸੀਗਾ, ਜੋ ਹੌਲੀ ਹੌਲੀ PCOS ਅਤੇ ਫੈਟੀ ਲਿਵਰ 'ਚ ਬਦਲ ਗਿਆ ਅੱਗੇ ਆ ਕੇ। ਮੈਂ ਹਰ ਤਰ੍ਹਾਂ ਦੀ ਡਾਇਟ ਟਰਾਈ ਕਰਕੇ ਦੇਖ ਲਈ, ਐਕਸਰਸਾਈਜ਼ ਕਰਕੇ ਦੇਖ ਲਈ, ਪਰ ਵੇਟ ਫਿਰ ਵਾਪਸ ਆ ਜਾਂਦਾ ਸੀਗਾ। ਐਂਡ 'ਚ ਮੈਨੂੰ ਮੇਰੇ ਇੱਕ ਫਰੈਂਡ ਨੇ ਸੁਜੈਸਟ ਕੀਤਾ ਬਾਇਰੈਟ੍ਰਿਕ ਸਰਜਰੀ ਬਾਰੇ, ਅਤੇ ਮੈਂ ਔਨਲਾਈਨ ਸਰਚ ਕੀਤਾ ਇਸ ਚੀਜ਼ ਬਾਰੇ। ਮੈਨੂੰ ਸਟਾਰ ਹੋਸਪਿਟਲ ਬਾਰੇ ਪਤਾ ਲੱਗਾ, ਜੋ ਕਿ ਮੇਰੇ ਏਰੀਆ 'ਚ ਹੀ ਆ ਜਾਂਦਾ ਇੰਡੀਆ। ਫਿਰ ਮੈਂ ਜਦ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਦੇ ਰਿਵਿਊਜ਼ ਪੜ੍ਹੇ ਯੂਟਿਊਬ 'ਤੇ, ਉਹਨਾਂ ਦੇ ਰਿਵਿਊਜ਼ ਦੇਖੇ, ਤਾਂ ਮੈਂ ਬਹੁਤ ਇੰਪ੍ਰੈਸ ਹੋਈ। ਮੈਂ ਆ ਕੇ ਸਰਜਰੀ ਕਰਵਾਈ। ਉਹਨਾਂ ਨੇ ਮੈਨੂੰ ਬਹੁਤ ਅੱਛੀ ਗਾਈਡੈਂਸ ਦਿੱਤੀ ਸੀਗੀ, ਜਿਸ ਕਰਕੇ ਮੈਨੂੰ ਸਰਜਰੀ ਕਰਾਉਣਾ ਬਹੁਤ ਔਖਾ ਨਹੀਂ ਲੱਗਿਆ। ਅਤੇ ਸਟਾਫ ਬਹੁਤ ਕੋਆਪਰੇਟਿਵ ਹੈ ਇਹਨਾਂ ਦਾ। ਮੈਂ ਪਹਿਲਾਂ ਥੋੜ੍ਹਾ ਘਬਰਾਈ ਸੀ, ਬਟ ਸਾਰਿਆਂ ਨੇ ਬਹੁਤ ਹੌਸਲਾ ਦਿੱਤਾ, ਅਤੇ ਸਾਰਿਆਂ ਨੇ ਬਹੁਤ ਨਾਈਸਲੀ ਟ੍ਰੀਟ ਕੀਤਾ। ਫੀਮੇਲ ਸਟਾਫ ਬਹੁਤ ਅੱਛਾ ਇਹਨਾਂ ਦਾ। ਸੋ ਓਵਰਆਲ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਸਰਜਰੀ ਤੋਂ ਬਾਅਦ ਮੈਨੂੰ ਕਿਸੇ ਵੀ ਤਰ੍ਹਾਂ ਦਾ ਤੁਰਨ ਫਿਰਨ 'ਚ, ਬੈਠਣ 'ਚ, ਵਾਸ਼ਰੂਮ ਜਾਣ 'ਚ ਜਾਂ ਖਾਣ ਪੀਣ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ। ਅਤੇ ਮੈਂ ਜਿਹੜੀ ਵੀ ਓਬੈਸਿਟੀ ਤੋਂ ਗੁਜ਼ਰ ਰਹੇ ਆ ਇਨਸਾਨ, ਮੈਂ ਉਹਨਾਂ ਨੂੰ ਇਹ ਸੁਜੈਸਟ ਕਰਾਂਗੀ ਕਿ ਉਹ ਸਟਾਰ ਹੋਸਪਿਟਲ ਆਉਣ ਅਤੇ ਬਾਇਓਟ੍ਰਿਕ ਸਰਜਰੀ ਬਾਰੇ ਨੌਲੇਜ ਲੈਣ, ਆਪਣਾ ਓਪਰੇਸ਼ਨ ਕਰਾਉਣ ਅਤੇ ਇੱਕ ਅੱਛੀ ਲਾਈਫ ਪਰਸਿਊ ਕਰਨ। ਥੈਂਕ ਯੂ।